अफीम दे एक केस दे विच पुलिस दे वल्लों एक तस्कर दी 40 लाख दी प्रॉपर्टी फ्रीज कीती गई। नशा तस्करां दे खिलाफ पुलिस दे वल्लों ए एक्शन कीते जा रहे ने। ऐसे दे चलदे फिरोजपुर पुलिस दे वल्लों कई तस्करां दीआं प्रॉपर्टियां फ्रीज कीतियां गईआं। हलका गुरु हरसहाए दे थाणा लखो के बहराम च एक नशा तस्कर दी 40 लाख दी प्रॉपर्टी फ्रीज कीती गई। इस संबंधी SPD रणधीर कुमार दे वल्लों जानकारी दित्ती गई। इस तस्कर ते अफीम दा परचा दर्ज सी और 6.5 किलो अफीम इस तों बरामद हुई सी। तां हुण तक पुलिस दे वल्लों 14 करोड़ तों वध जायदादां 30 केसां दे विच फ्रीज कीतियां गईआं ने। सो अफीम दा ओ केस जो एक नशा तस्कर ते खिलाफ दर्ज कीता गया सी उस दी 40 लाख दी प्रॉपर्टी पुलिस दे वल्लों फ्रीज कीती गई। SSP ਫਿਰੋਜ਼ਪੁਰ ਦੀਪਕ ਖਿਲੋਰੀ ਵੱਲੋਂ ਜਿਹੜੀ ਇੱਕ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ। ਭਾਵ ਇਹ ਹੈ ਕਿ ਜਿਹੜਾ ਆਰਥਿਕ ਤਫਤੀਸ਼ ਯੂਨਿਟ ਸੀਗੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਦ ਥਾਣਾ ਲੱਖੋ ਕੇ ਬਹਿਰਾਮ ਦਾ ਰਹਿਣ ਵਾਲਾ ਜਿਹੜਾ ਜਸ਼ਨ ਸੀਗਾ, ਜਸ਼ਨਪ੍ਰੀਤ, ਉਹਦੀ ਲਗਭਗ 40 ਲੱਖ ਦੀ ਜਿਹੜੀ ਸੰਪੱਤੀ ਹੈਗੀ ਉਹ ਅੱਜ ਫਰੀਜ ਕੀਤੀ ਗਈ ਹੈ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਕਰਕੇ। ਹੁਣ ਤੱਕ ਸਰ ਕਿੰਨੇ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ? ਸਾਲ 2023 ਵਿੱਚ ਹੁਣ ਤੱਕ 30 ਕੇਸਿਸ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ, ਫ੍ਰਿਜ ਕੀਤੀ ਜਾ ਚੁੱਕੀ ਹੈ। ਤਾਂ ਆਹ ਜਿਹੜਾ ਜਸ਼ਨ ਸੀਗਾ ਇਸ 'ਤੇ 6.5 ਕਿਲੋ ਅਫੀਮ ਦਾ ਮੁਕੱਦਮਾ ਸੀ 12/22 ਥਾਣਾ ਲੱਖੋ ਕੇ ਬਹਿਰਾਮ ਵਿੱਚ। ਅਤੇ ਅੱਗੇ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਦਾਂ ਹੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਫਾਈਟ ਅਗੇਂਸਟ ਡਰੱਗ ਹੈ ਉਸ ਵਿੱਚ ਇਹ ਕਾਰਵਾਈ ਕੀਤੀ ਜਾਊਗੀ। ਧੰਨਵਾਦ ਜੀ। अफीम दे एक केस दे विच पुलिस दे वल्लों एक तस्कर दी 40 लाख दी प्रॉपर्टी फ्रीज कीती गई। नशा तस्करां दे खिलाफ पुलिस दे वल्लों ए एक्शन कीते जा रहे ने। ऐसे दे चलदे फिरोजपुर पुलिस दे वल्लों कई तस्करां दीआं प्रॉपर्टियां फ्रीज कीतियां गईआं। हलका गुरु हरसहाए दे थाणा लखो के बहराम च एक नशा तस्कर दी 40 लाख दी प्रॉपर्टी फ्रीज कीती गई। इस संबंधी SPD रणधीर कुमार दे वल्लों जानकारी दित्ती गई। इस तस्कर ते अफीम दा परचा दर्ज सी और 6.5 किलो अफीम इस तों बरामद हुई सी। तां हुण तक पुलिस दे वल्लों 14 करोड़ तों वध जायदादां 30 केसां दे विच फ्रीज कीतियां गईआं ने। सो अफीम दा ओ केस जो एक नशा तस्कर ते खिलाफ दर्ज कीता गया सी उस दी 40 लाख दी प्रॉपर्टी पुलिस दे वल्लों फ्रीज कीती गई। SSP ਫਿਰੋਜ਼ਪੁਰ ਦੀਪਕ ਖਿਲੋਰੀ ਵੱਲੋਂ ਜਿਹੜੀ ਇੱਕ ਅੱਡ ਸਪੈਸ਼ਲਾਈਜ਼ਡ ਫਾਈਨੈਂਸ਼ੀਅਲ ਯੂਨਿਟ ਦਾ ਗਠਨ ਕੀਤਾ ਗਿਆ ਸੀ। ਭਾਵ ਇਹ ਹੈ ਕਿ ਜਿਹੜਾ ਆਰਥਿਕ ਤਫਤੀਸ਼ ਯੂਨਿਟ ਸੀਗੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਦ ਥਾਣਾ ਲੱਖੋ ਕੇ ਬਹਿਰਾਮ ਦਾ ਰਹਿਣ ਵਾਲਾ ਜਿਹੜਾ ਜਸ਼ਨ ਸੀਗਾ, ਜਸ਼ਨਪ੍ਰੀਤ, ਉਹਦੀ ਲਗਭਗ 40 ਲੱਖ ਦੀ ਜਿਹੜੀ ਸੰਪੱਤੀ ਹੈਗੀ ਉਹ ਅੱਜ ਫਰੀਜ ਕੀਤੀ ਗਈ ਹੈ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਪ੍ਰਾਪਤ ਕਰਕੇ। ਹੁਣ ਤੱਕ ਸਰ ਕਿੰਨੇ ਨਸ਼ਾ ਸਮਗਲਰਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ? ਸਾਲ 2023 ਵਿੱਚ ਹੁਣ ਤੱਕ 30 ਕੇਸਿਸ ਵਿੱਚ ਹੁਣ ਤੱਕ 14 ਕਰੋੜ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ, ਫ੍ਰਿਜ ਕੀਤੀ ਜਾ ਚੁੱਕੀ ਹੈ। ਤਾਂ ਆਹ ਜਿਹੜਾ ਜਸ਼ਨ ਸੀਗਾ ਇਸ 'ਤੇ 6.5 ਕਿਲੋ ਅਫੀਮ ਦਾ ਮੁਕੱਦਮਾ ਸੀ 12/22 ਥਾਣਾ ਲੱਖੋ ਕੇ ਬਹਿਰਾਮ ਵਿੱਚ। ਅਤੇ ਅੱਗੇ ਵੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਦਾਂ ਹੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਫਾਈਟ ਅਗੇਂਸਟ ਡਰੱਗ ਹੈ ਉਸ ਵਿੱਚ ਇਹ ਕਾਰਵਾਈ ਕੀਤੀ ਜਾਊਗੀ। ਧੰਨਵਾਦ ਜੀ।